वास्तव मन रहा है, न केवल मानव जाति में बल्कि समस्त जीव जंतुओं में उत्सव मन रहा है। पेड़ भी नाच रहे हैं, आप दंग हो जाएंगे। सामान्यतया फ्लाइटें डीले होती हैं, लेकिन आज का दिन देखिए आप, कुदरत ने बिफोर लाके ऐसे पलट दी। क्यों? क्योंकि मेरे महादेव कह रहे हैं मेरा बच्चा जा रहा है भगवान राम के अवतरण के लिए, मैं अपनी हथेली बढ़ा लेता हूँ, उसी पर उतार लेगा जहाज। तो ऐसे उतरवाया जहाज बाबा ने। सर कल आप हरियाणा में थे और रात हम हरियाणा में थे, रात भर जागे हैं, उसके बाद भी एक घंटा सो के भी ऐसा लग रहा है जैसे 100 घंटे सो के आए हूँ। सर वो कौन सा गाना था इस पर लाखों लोग झूम उठे? अजी मैं तो राम राम भजूरी मेरे राम, राम ही पार लगावेंगे, अर जल थल गगन मंडल मेरा, राम ही पार लगावेंगे, राम ही पार लगावेंगे। थोड़ा सा किनारे रहिएगा जी। जय श्री राम। इस दिन के इंतजार में दशकों से ये आंखें तरस गई। टेस्टिंग 1 2 3 4। अयोध्या नगरी ते रंग असीं अपने दर्शकों नूं दिखा रहे हां और बिल्कुल ये तस्वीरां जो नजर आ रही ने अयोध्या नगरी दे विच और बिल्कुल रोड दे उत्ते दोवें पासे जो इस समय कल्चरल प्रोग्राम ने उन्हां दा खास तौर ते प्रबंध किया गया है और ये तस्वीरां दे जरिए असीं तुहानूं दिखा रहे हैं कि किस तरीके दे नाल अलौकिक इस समय पूरा यह नज़ारा जरूर हैगा। इंतजार करीब 10:30 बजे का है, उस तो बाद का है कि जो प्राण प्रतिष्ठा का होएगा प्रोग्राम, पर उस तो पहला खूब इस जी रौनक और जश्न तुम देख सकते हो जो नज़र आ रही ने सू तस्वीर के जरिए। तो असं दिखा रहे रामपद के उत्ते इस समय मौजूद हाँ असं और रामपद के उत्ते असं अगे वे हुए तुम लैके चलेंगे कि किमें का नज़ारा अगे नज़र आता है अजय जेकर असं अगे होर आ सकी और कुछ इस तरीके ही पूरे अयोध्या नगरी के रामपद के उत्ते तस्वीर नज़र आ रही ने और बहुत ही तुम कह सकते हो कि राम में माहौल इतने बनया हुआ नज़र आ रहा है। और जेकर मैं इतने मार्केट का फिलहाल जिक्र करा तो उसको तो जड़िया दुकाना सवेरे सवेरे खुलिया भी सी उन्होंने भी कह के एक बार जरूर बंद करवाया गया है और इस तो बाद सड़क के उत्ते लोगों की आवाजाही इस समय है
ਔਰ ਨਜ਼ਰ ਆ ਰਹੀ ਹੈ। ਹਾਲਾਂਕਿ ਪੁਲਿਸ ਜ਼ਰੂਰ ਥੋੜ੍ਹੀ ਸਖ਼ਤੀ ਕਰਦੀ ਦਿਖ ਰਹੀ ਹੈ ਇੱਥੇ ਕਿ ਰੋਡਸ ਨੂੰ ਖਾਲੀ ਕਰਵਾਇਆ ਜਾ ਸਕੇ। ਤਾਂ ਹੋਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਹਾਂ ਕਿ ਕਿਵੇਂ ਜਿਹੜੇ ਕਲਚਰਲ ਪ੍ਰੋਗਰਾਮ ਇੱਥੇ ਰੱਖੇ ਗਏ ਨੇ, ਅਲੱਗ ਅਲੱਗ ਥਾਵਾਂ ਤੋਂ ਸੱਦੇ ਗਏ ਨੇ ਜਿਹੜੇ ਇਹ ਕਲਾਕਾਰ ਨੇ, ਉਹ ਸਿਰਫ ਜਿਹੜੇ ਉੱਤਰ ਪ੍ਰਦੇਸ਼ ਨਹੀਂ ਬਲਕਿ ਹੋਰ ਥਾਵਾਂ ਤੋਂ ਵੀ ਹੈਗੇ ਨੇ। ਇੱਕ ਵਾਰੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਇਹ ਅਲੱਗ ਅਲੱਗ ਤਰ੍ਹਾਂ ਦੇ ਲੋਕ ਨਾਚ ਜਿਹੜੇ ਹੈਗੇ ਨੇ ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਔਰ ਬਹੁਤ ਹੀ ਸ਼ਾਨਦਾਰ ਪੇਸ਼ਕਾਰੀਆਂ ਦੇ ਲਈ ਖੁਦ ਨੂੰ ਇਹਨਾਂ ਨੇ ਤਿਆਰ ਕਲਾਕਾਰਾਂ ਨੇ ਕੀਤਾ ਔਰ ਅਲੱਗ ਅਲੱਗ ਥਾਵਾਂ ਤੋਂ ਕਲਾਕਾਰਾਂ ਨੂੰ ਇੱਥੇ ਲੈ ਕੇ ਪਹੁੰਚਿਆ ਇੱਥੇ ਦਾ ਡਿਪਾਰਟਮੈਂਟ, ਕਲਚਰਲ ਡਿਪਾਰਟਮੈਂਟ। ਔਰ ਕੋਈ ਇੱਕ ਥਾਂ 'ਤੇ ਨਹੀਂ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਸਮੇਂ ਨਜ਼ਰ ਆ ਰਿਹਾ ਹੈ। ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਸਾਰੇ ਐਸੇ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ ਹਰ ਇੱਕ ਪੁਆਇੰਟ ਦੇ ਉੱਤੇ, ਪਹਿਲੇ ਦੂਜੇ ਹਰ ਪੁਆਇੰਟ ਦੇ ਉੱਤੇ ਇੱਥੇ ਕੁਝ ਇਸ ਤਰੀਕੇ ਨਾਲ ਹੀ ਤਸਵੀਰਾਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਇੱਥੋਂ ਪੁਲਿਸ ਜ਼ਰੂਰ ਹੁਣ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਟਾਇਆ ਜਾਵੇ। ਅਜੇ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਵੱਧਦੇ ਹਾਂ, ਹੋਰ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ। ਅਸੀਂ ਅਯੋਧਿਆ ਨਗਰੀ ਦੇ ਰੰਗ ਦਿਖਾ ਰਹੇ ਹਾਂ ਔਰ ਥੋੜ੍ਹੀ ਹੌਲੀ ਅੱਗੇ ਵੀ ਵੱਧ ਰਹੇ ਹਾਂ ਕਿ ਨਾ ਸਿਰਫ ਅਸੀਂ ਤੁਹਾਨੂੰ ਰੰਗ ਦਿਖਾ ਸਕੀਏ ਬਲਕਿ ਅਯੋਧਿਆ ਨਗਰੀ ਦੇ ਵਿੱਚ ਜਿੰਨਾ ਜ਼ਿਆਦਾ ਹੋ ਸਕੇ ਤੁਹਾਨੂੰ ਦਰਸ਼ਨ ਵੀ ਕਰਵਾ ਸਕੀਏ, ਅਯੋਧਿਆ ਨਗਰੀ ਦਾ ਜਿਹੜਾ ਪੂਰਾ ਭ੍ਰਮਣ ਵੀ ਕਰਵਾ ਸਕੀਏ। ਤਾਂ ਉਸਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਰੋਡ ਦੇ ਉੱਤੇ ਵੀ ਮੈਨੂੰ ਨਜ਼ਰ ਆ ਰਿਹਾ ਕਿ ਖੂਬ ਰੰਗੋਲੀ ਬਣਾ ਕੇ ਸਜਾਵਟ ਕੀਤੀ ਗਈ ਹੈ, ਫੁੱਲਾਂ ਦੀ ਸਜਾਵਟ। ਔਰ ਜਿਹੜੇ ਗੇਟ ਲੱਗੇ ਨੇ, ਕਟਆਊਟਸ ਰਾਮ ਜੀ ਦੇ ਲਗਾਏ ਹੋਏ ਨੇ, ਇਹ ਤਾਂ ਆਪਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ। ਅਤੇ ਰੋਡ ਦੇ ਉੱਤੇ ਕਿਸ ਤਰੀਕੇ ਨਾਲ ਪੂਰੀ ਰੰਗੋਲੀ ਪਾ ਕੇ ਸਜਾਵਟ ਕੀਤੀ ਜਾ ਰਹੀ ਹੈ ਉਹ ਵੀ ਇਹ ਤਸਵੀਰਾਂ ਦੇ ਜ਼ਰੀਏ ਬਿਆਨ ਹੋ ਰਿਹਾ ਹੈ। ਕਾਬਿਲੇ ਗੌਰ ਹੈ ਕਿ ਪਹਿਲਾਂ ਕੁਝ ਰੋਡਸ ਦੇ ਉੱਤੇ ਪੇਂਟਿੰਗਸ ਕੀਤੀਆਂ ਗਈਆਂ ਨੇ ਔਰ ਹੁਣ ਕਿਉਂਕਿ ਅੱਜ ਇਹ ਮੁੱਖ ਦਿਨ ਹੈ, ਅੱਜ ਹੀ ਜਿਹੜਾ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੈ, ਇਸ ਕਰਕੇ ਬਿਲਕੁਲ ਜਿਹੜੀ ਰੰਗਾਂ ਦੇ ਨਾਲ ਰੰਗੋਲੀ ਹੈ ਉਹ ਵੀ ਇਸ ਸਮੇਂ ਨਜ਼ਰ ਆ ਰਹੀ ਹੈ ਜਿਹੜੇ ਚੌਂਕ ਚੁਰਾਹੇ ਨੇ ਉਹਨਾਂ ਦੇ ਉੱਤੇ, ਤਾਂ ਉਹ ਵੀ ਦਰਸ਼ਕਾਂ ਤੱਕ ਪਹੁੰਚ ਰਿਹਾ। ਹਾਲਾਂਕਿ ਸੁਰੱਖਿਆ ਦੀ ਵਜ੍ਹਾ ਦੇ ਨਾਲ ਹੋ ਸਕਦਾ ਕਿ ਜਿਹੜੇ ਇੱਥੇ ਸ਼ਰਧਾਲੂ ਪਹੁੰਚ ਰਹੇ ਨੇ ਥੋੜ੍ਹੀ ਦਿੱਕਤ ਮਹਿਸੂਸ ਕਰਨ, ਪਰ ਦੂਜੇ ਪਾਸੇ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਕਈ ਵਾਰ ਚੀਜ਼ਾਂ ਜ਼ਰੂਰੀ ਹੁੰਦੀਆਂ ਜਦੋਂ ਸੁਰੱਖਿਆ ਦਾ ਮਾਮਲਾ ਹੁੰਦਾ ਹੈ। ਤਾਂ ਮੈਂ ਕਲਚਰਲ ਈਵੈਂਟ ਦਾ ਜ਼ਿਕਰ ਕਰ ਰਿਹਾ ਸੀ, ਕਲਚਰਲ ਜਿਹੜੀਆਂ ਪਰਫਾਰਮੈਂਸ ਦਾ ਜ਼ਿਕਰ ਕਰ ਰਿਹਾ ਸੀ। ਮੈਂ ਜਿਵੇਂ 10-20 ਕਦਮ ਅੱਗੇ ਅਸੀਂ ਵੱਧਦੇ ਹਾਂ ਤਾਂ ਉਸ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ, ਲੈਫਟ ਰਾਈਟ ਦੋਵੇਂ ਸਾਈਡ, ਇਹ ਕਲਚਰਲ ਈਵੈਂਟ ਜਿਹੜਾ ਇੱਕ ਤਰੀਕੇ ਦੇ ਨਾਲ ਪਰਫਾਰਮ ਕਰਨ ਦੇ ਲਈ ਜਿਹੜੇ ਇਹ ਸੱਦੇ ਗਏ ਨੇ ਇੱਥੇ ਕਲਾਕਾਰ, ਉਹਨਾਂ ਦੇ ਵੱਲੋਂ ਪਰਫਾਰਮੈਂਸ ਦਿੱਤੀ ਜਾਂਦੀ ਹੈ। ਹਾਲਾਂਕਿ ਪਹਿਲਾਂ ਇਹਨਾਂ ਦੇ ਸਾਹਮਣੇ ਖੜ੍ਹੇ ਲੋਕ ਬਹੁਤ ਇਸ ਕਲਾ ਦਾ ਆਨੰਦ ਮਾਣ ਰਹੇ ਸੀ, ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਉੱਥੋਂ ਹਟਣ ਦੇ ਲਈ ਕਹਿ ਦਿੱਤਾ ਗਿਆ ਹੈ। ਤਾਂ ਇੱਥੋਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਲਾਕਾਰ ਨੇ ਉਹ ਅਲੱਗ ਅਲੱਗ ਥਾਵਾਂ ਤੋਂ ਆਏ ਨੇ ਔਰ ਬਹੁਤ ਸਾਰੇ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਹਰਿਆਣਾ ਤੋਂ ਹੈ, ਕੋਈ ਉੱਤਰ ਪ੍ਰਦੇਸ਼ ਤੋਂ ਹੈ, ਕੋਈ ਉੱਤਰ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਹੈ, ਉਸ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਵੀ, ਰਾਜਸਥਾਨ ਤੋਂ ਵੀ ਜਿਹੜੇ ਇਹ ਲੋਕ ਨਾਚ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਪਰਫਾਰਮੈਂਸ ਦਿੱਤੀ ਜਾ ਰਹੀ ਹੈ। ਉਸ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਕਰੀਬ 10-20 ਕਦਮ ਬਾਅਦ ਅਯੋਧਿਆ ਨਗਰੀ ਦੇ ਅੱਜ ਰੰਗ ਨੇ ਕਿ ਇਹ ਬਹੁਤ ਇੰਤਜ਼ਾਮ ਜਿਹੜੇ ਲੋਕਾਂ ਦੇ ਲਈ ਆ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੋਂ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੀਤੇ ਗਏ ਨੇ। ਤਾਂ ਉਹ ਤਸਵੀਰਾਂ ਸਕਰੀਨ ਦੇ ਉੱਤੇ ਨੇ ਜਿਹੜੇ ਕਲਾਕਾਰ ਇੱਥੇ ਪਹੁੰਚੇ ਹੋਏ ਨੇ ਔਰ ਅਲੱਗ ਅਲੱਗ ਥਾਵਾਂ ਤੋਂ। ਔਰ ਦੂਜੇ ਪਾਸੇ ਮੈਂ ਜ਼ਿਕਰ ਕਰਾਂ ਕਿ ਆਮ ਲੋਕ ਵੀ ਇੱਥੇ ਕਈ ਪਹੁੰਚੇ ਹੋਏ ਨੇ, ਕਈ ਸੱਜ ਧੱਜ ਕੇ ਪਹੁੰਚੇ ਨੇ, ਕੁਝ ਜਿਹੜਾ ਰਵਾਇਤੀ ਪਹਿਰਾਵਾ ਹੁੰਦਾ ਹੈ ਉਸ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਉਹ ਤਸਵੀਰਾਂ ਵੀ ਇੱਥੇ ਅਸੀਂ ਦੇਖ ਪਾ ਰਹੇ ਹਾਂ
ਕੁਝ ਕੈਮਰੇ ਦੀ ਨਜ਼ਰ ਦੇ ਨਾਲ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਤੇ ਇਸ ਵਿੱਚ ਵਾਲੇ ਬਹੁਤ ਸਾਰੀਆਂ ਤਸਵੀਰਾਂ ਅਜਿਹੀਆਂ ਨੇ ਜਿਹਨਾਂ ਨੂੰ ਮੈਂ ਬਿਆਨ ਕਰ ਰਿਹਾ ਹੈ ਔਰ ਅਲੱਗ ਅਲੱਗ ਇੱਥੇ ਪ੍ਰਾਚੀਨ ਕਈ ਮੰਦਿਰ ਮੇਰੀ ਨਜ਼ਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਪ੍ਰਾਚੀਨ ਮੰਦਿਰਾਂ ਦੇ ਵਿੱਚ ਵੀ ਸਜਾਵਟ ਕੀਤੀ ਗਈ ਹੈ ਔਰ ਸੁਰੱਖਿਆ ਦਾ ਵੀ ਖਾਸ ਤੌਰ ਤੇ ਸਾਫ਼ ਸਫਾਈ ਦਾ ਖਾਸ ਤੌਰ ਤੇ ਧਿਆਨ ਜ਼ਰੂਰ ਇਸ ਸਮੇਂ ਜਿਹੜਾ ਉਹ ਰੱਖਿਆ ਜਾ ਰਿਹਾ ਸੜਕਾਂ ਜ਼ਰੂਰ ਸਫਾਈ ਦਾ ਪਿਛਲੇ 2-3 ਦਿਨ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਖੂਬ ਧਿਆਨ ਰੱਖਿਆ ਗਿਆ ਹੈ ਔਰ ਉਸ ਤੋਂ ਬਾਅਦ ਮੈਂ ਦੂਜੇ ਪਾਸੇ ਜ਼ਿਕਰ ਕਰਾਂ ਤਾਂ ਜਿਹੜੀ ਸਫਾਈ ਦੇ ਨਾਲ ਨਾਲ ਸਜਾਵਟ ਇਹ ਦੋਵੇਂ ਚੀਜ਼ਾਂ ਸਜਾਵਟ ਤਾਂ ਸਫਾਈ ਹੈ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ ਤਾਂ ਉਹ ਤਸਵੀਰਾਂ ਦੇ ਜ਼ਰੀਏ ਜ਼ਰੂਰ ਬਿਆਨ ਹੋ ਰਿਹਾ